ਜੀ ਹਾਂ ਦੋਸਤੋ ਅੱਜ ਮੈਂ ਤੁਹਾਨੂੰ ਰੁਖ ਸ਼ਿਵ ਕੁਮਾਰ ਬਟਾਲਵੀ ਦਾ ਕਰਵਾਨ ਜਾ ਰਿਹਾ ਹਾਂ ਫਸਟ ਤੁਸੀਂ ਪੜੋ ਕੁਝ ਰੁਖ ਮੈਨੂੰ ਪੁੱਤ ਲੱਗਦੇ ਕੁਝ ਰੁਖ ਲੱਗਦੇ ਮਾਵਾਂ ਕੁਝ ਰੁਖ ਨੂੰ ਨੂੰ ਹਾਤੀਆਂ ਵਰਗੇ ਲੱਗਦੇ ਕੁਝ ਰੁਖ ਵੰਗ ਭਰਾਵਾਂ ਕੁਝ ਰੁਖ ਮੇਰੇ ਬੇਬੇ ਬਾਬੇ ਵਾਕਣ ਪੱਤਰ ਟਾਵਾ ਟਾਵਾ ਤੇ ਆਦੇ ਵਿੱਚ ਕੀ ਹੈ ਮਤਲਬ ਹੈ ਦਾ ਹੋਰ ਕੁਝ ਰੁਖ ਮੇਰੀ ਦਾਦੀ ਵਰਗੇ ਚੂਰੀ ਪਾਵਣ ਕਾਵਾਂ ਤੇ ਆਦੇ ਵਿੱਚ ਜਿਹੜਾ ਵੀ ਕਵੀ ਇਹ ਉਹਨੇ ਕੀ ਕੀਤਾ ਹੋਇਆ ਹੈ ਉਹਨੇ ਪ੍ਰਕਿਰਤੀ ਜਿਹੜੀ ਪ੍ਰਕਿਰਤੀ ਦੇ ਰੁੱਖਾਂ ਨੂੰ ਮਤਲਬ ਇੱਕ ਜੀ ਇਸ ਵਿੱਚ ਸਿਰਜ ਕੇ ਸਾਨੂੰ ਦੱਸਿਆ ਕਿ ਬਾਗੂ ਖੰਦਾਜ਼ ਵਿੱਚ ਪੇਸ਼ ਕੀਤਾ ਸਾਡੇ ਸਾਹਮਣੇ ਕਿ ਰਿਸ਼ਤੇਆਂ ਨੂੰ ਔਰ ਰੁੱਖਾਂ ਨੂੰ ਆਪਸ ਵਿੱਚ ਬਨ ਰਿਹਾ ਹੈ ਕਵੀ ਠੀਕ ਹੈ ਔਰ ਕੁਝ ਕਹਿੰਦੇ ਨੇ ਕੁਝ ਮੇਰੇ ਪੁੱਤ ਵਰਗੇ ਲੱਗਦੇ ਨੇ ਕੁਝ ਮਾਵਾਂ ਵਰਗੇ ਲੱਗਦੇ ਨੇ ਕੁਝ ਧੀਆ ਪੁੱਤਰ ਮਤਲਬ ਜਿਵੇਂ ਅਸੀਂ ਧੀਆ ਪੁੱਤਰਾਂ ਨੂੰ ਪਿਆਰ ਕਰਦੇ ਹਾਂ ਉਵੇਂ ਲੱਗਦੇ ਨੇ ਠੀਕ ਹੈ ਔਰ ਕੁਝ ਭਰਾ ਲੱਗਦੇ ਨੇ ਜਿਹੜੇ ਕਿ ਸਹਾਰਾ ਬਣਦੇ ਨੇ ਔਰ ਕੁਝ ਵਿਸ਼ਾਲ ਰੁੱਖ ਹੁੰਦੇ ਨੇ ਜਿਹੜੇ ਕਿ ਕੀ ਲੱਗਦੇ ਨੇ ਕੋਈ ਕੋਈ ਪੱਤਾ ਜਿੰਨਾ ਤ ਨਹੀਂ ਹੁੰਦਾ ਬਾਬੇ ਵਾਂਗੂ ਲੱਗਦੇ ਨੇ ਬਾਬੇ ਮਤਲਬ ਪਿਓ ਵਾਂਗੂ ਠੀਕ ਹੈ ਜਾਂ ਫਿਰ ਦਾਦੇ ਵਾਂਗੂ ਠੀਕ ਹੈ ਕੁਝ ਰੁੱਖ ਕਵੀ ਨੂੰ ਆਪਣੀ ਦਾਦੀ ਵਰਗੇ ਲੱਗਦੇ ਨੇ ਜਿਵੇਂ ਕਿ ਜਿਹੜੀ ਚੂਰੀ ਪਾਉਂਦੇ ਨੇ ਕਾਵਾਂ ਨੂੰ ਫਿਰ ਫੁੱਲਾਂ ਫੱਲਾਂ ਤੇ ਛਾਵਾਂ ਦਿੰਦੇ ਨੇ ਰੁੱਖ ਸਾਨੂੰ ਐਸੇ ਹੀ ਕਵੀ ਨੇ ਰੁੱਖਾਂ ਦੀ ਵਿਸ਼ੇਸ਼ਤਾ ਕੀਤੀ ਹੈ ਇੱਥੇ ਠੀਕ ਹੈ ਘਰ ਪਰਿਵਾਰ ਦੇ ਮੈਂਬਰ ਵਾਂਗੂ ਮਤਲਬ ਰੁੱਖਾਂ ਨੂੰ ਦੱਸਿਆ ਗਿਆ ਹੈ ਠੀਕ ਹੈ ਔਰ ਗੂੜਾ ਕਰਨ ਲਈ ਪ੍ਰੇਰਦੀ ਹੈ ਠੀਕ ਹੈ ਰਿਸ਼ਤਾ ਜਿਹੜਾ ਵੇ ਗੂੜਾ ਕਰਨ ਦੇ ਲਈ ਪ੍ਰੇਰਦੀ ਹੈ ਆਪਣੇ ਰਿਸ਼ਤੇ ਵੀ ਔਰ ਰੁੱਖਾਂ ਦੇ ਵੀ ਹੋਨ ਦੇਖੋ ਕੁਝ ਰੁਖ 11 ਵਰਗੇ ਲੱਗਦੇ ਚੁੰਮਾ ਤੇ ਗੱਲ ਲਾਵਾਂ ਵੀ ਕੁਝ ਰੁਖ ਮੈਨੂੰ 11 ਵਰਗੇ ਲੱਗਦੇ ਨੇ ਵੀ ਜਿਹਨਾਂ ਨੂੰ ਚੁੰਮ ਕੇ ਆਪਣੇ ਗਲੇ ਲਗਾ ਲਵਾਂ ਇੱਕ ਮੇਰੀ ਮਹਿਬੂਬਾ ਵਾਂਗਨ ਮਿੱਠਾ ਅਤੇ ਦੁਖਾਵਾ ਕੁਝ ਇੱਕ ਮੈਨੂੰ ਮਹਿਬੂਬਾ ਵਰਗੇ ਮੇਰੇ ਲੱਗਦੇ ਨੇ ਮਹਿਬੂਬਾ ਮਤਲਬ ਪ੍ਰੇਮਿਕਾ ਵਾਂਗੂ ਕੁਝ ਰੁਖ ਤੇ ਉਹਨੂੰ ਮਿੱਠਾ ਵੀ ਹੈ ਤੇ ਉਹ ਦੁਖਾਵਾ ਵੀ ਹੈ ਮਤਲਬ ਜਦੋਂ ਵੀ ਛੋੜਾ ਪੈ ਜਾਂਦਾ ਤੇ ਦੁੱਖ ਆ ਜਾਂਦਾ ਹੈ ਪਰ ਜਦੋਂ ਪਿਆਰ ਹੁੰਦਾ ਤੇ ਮਿੱਠਾ ਵੀ ਹੁੰਦਾ ਠੀਕ ਹੈ ਕੁਝ ਰੁਖ ਮੇਰਾ ਦਿਲ ਕਰਦਾ ਏ ਮੋਢੇ ਚੁੱਕ ਖਿਡਾਵਾਂ ਵੀ ਕੁਝ ਬੱਚਿਆਂ ਵਾਂਗੂ ਲੱਗਦੇ ਨੇ ਰੁਖ ਮੈਨੂੰ ਚੁੰਮਾ ਤੇ ਮਰ ਜਾਵਾਂ ਠੀਕ ਹੈ ਵੀ ਚੁੰਮਾ ਤੇ ਮਰ ਜਾਵਾਂ ਤੇ ਅੰਦਰ ਵਿੱਚ ਪਿਆਰ ਦਾ ਇਜ਼ਹਾਰ ਕੀਤਾ ਕਵੀ ਨੇ ਦੋਸਤੀ ਤੇ ਪਿਆਰ ਨੂੰ ਵੀ ਬਨ ਕੇ ਐਨੇ ਦੱਸਿਆ ਯਾਰੀ ਦੋਸਤਾ ਤੇ ਗੱਲ ਨਾਲ ਵੀ ਲਗਾਈ ਯਾਰਾ ਦੋਸਤਾ ਵਰਗੇ ਰੱਖਨੇ ਗੱਲ ਨਾਲ ਲਗਾਈ ਪ੍ਰੇਮੀ ਕਾ ਵਾਂਗੂ ਦੱਸਿਆ ਇੱਕੋ ਵੇਲੇ ਮਿੱਠਾ ਵੀ ਹੈ ਤੇ ਦੁਖਾਵਾ ਵੀ ਹੈ ਇੱਕੋ ਵੇਲੇ ਠੀਕ ਹੈ ਸੁਹਾਣੇ ਵੀ ਲੱਗਦੇ ਨੇ ਕਈ ਤੇ ਕਈ ਵਿਯੋਗ ਵਿੱਚ ਵਿਯੋਗ ਦੇ ਪਲ ਹੁੰਦੇ ਨੇ ਜਿਹੜੇ ਕਿ ਦੁੱਖ ਦੇਣ ਵਾਲੇ ਵੀ ਹੁੰਦੇ ਨੇ ਨਿੱਕੇ ਨਿੱਕੇ ਬੱਚਿਆਂ ਵਾਂਗੂ ਲੱਗਦੇ ਨੇ ਵੀ ਮੋਢੇ ਤੇ ਖਟਾਲਵਾ ਠੀਕ ਹੈ ਤੇ ਹੋਰ ਕੀ ਕੁਰਬਾਨ ਵੀ ਹੋ ਜਾਵਾਂ ਰੁੱਖਾਂ ਦੇ ਉੱਤੇ ਵੀ ਇੰਨੇ ਮੈਨੂੰ ਵਧੀਆ ਲੱਗਦੇ ਨੇ ਤੇ ਚੁੰਮ ਕੇ ਮੈਂ ਮਰ ਜਾਵਾਂ ਇਸ ਲਈ ਗੱਲ ਕੀਤੀ ਏ ਡੂੰਗੇ ਮੋ ਨੂੰ ਦਰਸਾਉਂਦਾ ਹੈ ਠੀਕ ਹੈ ਵੀ ਕਵੀ ਦਾ ਕਵੀ ਦਾ ਵੀ ਰੁੱਖਾਂ ਨਾਲ ਡੂੰਗੇ ਮੋ ਨੂੰ ਦਰਸਾਉਂਦਾ ਹੈ ਨੈਕਸਟ ਦੇਖੋ ਗੁਜਰੁਖ ਜਦ ਵੀ ਰਲ ਕੇ ਝੁੰਮਣ ਤੇਜ ਵਗਣ ਜਦ ਬਾਵਾ ਸਾਵੀ ਬੋਲੀ ਸਬਰੁੱਖਾਂ ਦੀ ਦਿਲ ਕਰਦਾ ਲਿਖ ਜਾਵਾ ਮੇਰਾ ਵੀ ਇਹ ਦਿਲ ਕਰਦਾ ਰੁੱਖ ਦੀ ਜੂਣੀ ਆਵਾ ਜੇ ਤੁਸੀਂ ਮੇਰਾ ਗੀਤ ਹੈ ਸੁਨਣਾ ਮੈਂ ਰੁੱਖਾਂ ਵਿੱਚ ਗਾਵਾ ਰੁੱਖ ਤਾਂ ਮੇਰੀ ਮਾਂ ਵਰਗੇ ਨੇ ਜੂਣ ਰੁੱਖਾਂ ਦੀਆਂ ਛਾਵਾ ਠੀਕ ਹੈ ਰੁੱਖਾਂ ਦੀ ਮਤਲਬ ਕਹਿੰਦਾ ਵੀ ਹਮੇਸ਼ਾ ਰੁੱਖ ਜਿੰਦੇ ਰਹਿਣ ਤੇ ਹੋਰ ਕੀ ਲਿਖਿਆ ਵੀ ਖੂਬੀਆਂ ਦਸੀਆਂ ਨੇ ਵੀ ਉਹਦੀ ਜੂਨ ਵਿੱਚ ਆਵਾ ਖਾਹੀ ਚਿਹਾਰ ਕੀਤੀ ਹੈ ਕਵੀ ਨੇ ਹਵਾ ਵਗਦੀਆਂ ਨੇ ਜਦੋਂ ਕਿ ਕੀ ਹੁੰਦਾ ਰੁੱਖ ਝੂਮਦੇ ਨੇ ਇਕੱਠੇ ਝੂਮਦੇ ਨੇ ਤੇ ਰੁੱਖਾਂ ਰੁੱਖਾਂ ਦਾ ਬਿੰਬ ਇੱਕ ਸਿਰ ਜਿਹਾ ਮਨੁੱਖ ਨੂੰ ਵੀ ਰੁੱਖਾਂ ਦੇ ਸਾਂਝ ਬਣਾ ਕੇ ਰੱਖਣੀ ਚਾਹੀਦੀ ਰੁੱਖਾਂ ਵਾਂਗੂ ਠੀਕ ਹੈ ਬੋਲੀ ਬੋਲਦੇ ਜਾਪਦੇ ਨੇ ਰੁੱਖ ਰੁੱਖਾਂ ਦੀ ਆਪਣੀ ਬੋਲੀ ਹੈ ਲੋਕਾਂ ਦੀ ਆਪਣੀ ਬੋਲੀ ਹੈ ਠੀਕ ਹੈ ਤੇ ਜੇ ਰੁੱਖਾਂ ਦੀ ਤੁਸੀਂ ਬੋਲੀ ਸੁਣੀ ਤੇ ਰੁੱਖਾਂ ਦੀ ਜੂਣੀ ਵਿੱਚ ਆਓ ਤੁਸੀਂ ਜਾਂ ਰੁੱਖਾਂ ਨੂੰ ਧਿਆਨ ਨਾਲ ਸੁਣੋ ਆਪੋ ਆਪਣੀ ਬੋਲੀ ਬੋਲਦਾ ਮਨੁੱਖ ਅਨਮੁਰਖ ਨਾਲੋਂ ਉੱਤਮ ਦਰਜਾ ਦਿੱਤਾ ਗਿਆ ਠੀਕ ਹੈ ਜਨਮ ਲੈਣਾ ਦੀ ਕਾਮਨਾ ਕਰਦਾ ਹੈ ਕੋਣ ਕਵੀ ਮੈਂ ਰੁੱਖਾਂ ਦੀ ਜੂਣੀ ਵਿੱਚ ਜਨਮ ਲਵਾਂ ਹੋਰ ਕੀ ਲਿਖਿਆ ਸੁੰਨਾ ਹੈ ਤਾਂ ਉਹ ਰੁੱਖਾਂ ਵਿੱਚ ਗਾਉਂਦਾ ਹੈ ਕਹਿੰਦਾ ਕਵੀ ਕਹਿੰਦਾ ਜੇ ਤੁਸੀਂ ਮੇਰੇ ਗਾਣੇ ਸੁਣਨੇ ਨੇ ਗੀਤ ਸੁਣਨੇ ਨੇ ਕਵਿਤਾ ਸੁਣਨੀ ਤੇ ਮੈਂ ਰੁੱਖਾਂ ਵਿੱਚ ਗਾਉਂਦਾ ਤੁਸੀਂ ਰੁੱਖਾਂ ਦੀ ਜੂਣੀ ਵਿੱਚ ਆਓ ਤੇ ਮੇਰੀ ਮੇਰੇ ਗਾਣੇ ਸੁਨੋ ਸੁੰਨਾ ਆਉਣਾ ਚਾਹੀਦਾ ਹੈ ਠੀਕ ਹੈ ਮਾਂ ਦਾ ਵੀ ਦਰਜਾ ਦਿੰਦਾ ਕਵੀ ਰੁੱਖਾਂ ਨੂੰ ਤੇ ਦੁਆ ਕਰਦਾ ਹੈ ਕਿ ਦੁੱਖ ਮਤਲਬ ਰੁੱਖ ਹਮੇਸ਼ਾ ਰਹੇ ਪ੍ਰਕਿਰਤੀ ਨਾਲ ਟੁੱਟ ਰਿਸ਼ਤਾ ਦਰਸਾਉਂਦਾ ਕਵੀ ਦੁਆ ਮੰਗਦਾ ਹੈ ਕਿ ਇੱਕੋ ਸਾਂਝੀ ਬੋਲੀ ਤੋਂ ਪ੍ਰੇਰਣਾ ਦਿੱਤੀ ਹੈ ਠੀਕ ਹੈ ਤੇ ਮਾਂ ਦਾ ਦਰਜਾ ਵੀ ਦਿੱਤਾ ਤੇ ਖੈਰ ਮੰਗ ਕੇ ਮਨੁੱਖ ਨੂੰ ਰੁੱਖਾਪ੍ਰਤੀ ਹੋਰ ਵੱਧ ਸੰਵੇਦਨਾਸ਼ੀਲ ਹੋਣ ਲਈ ਪ੍ਰੇਰਿਤ ਕਰਦਾ ਹੈ ਕਵੀ ਠੀਕ ਹੈ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ